ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਦਵਾਨੇ, ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ, ਇਹ ਮਾਛੀਕੇ ਦੇ ਰਹਿ ਜਾਂਦਾ। ਮਾਛੀਕੇ ਮੋਗੇ ਜ਼ਿਲ੍ਹੇ 'ਚ ਪੈਂਦਾ, ਮਤਲਬ ਇਹ ਮੋਗਾ ਅਤੇ ਬਰਨਾਲੇ ਜ਼ਿਲ੍ਹੇ ਦੀ ਹੱਦ ਵਾਲਾ ਪਿੰਡ ਹੈ, ਦਵਾਨਾ ਪਿੰਡ ਦਾ ਨਾਮ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ, ਕਹਿੰਦਾ ਵੀ ਕਦੇ ਕਦੇ ਕੋਈ ਪਸ਼ੂ ਵਿਕਰੀ ਵਾਲਾ ਲੈ ਲਈਦਾ, ਜ਼ਿਆਦਾਤਰ ਪਸ਼ੂ ਦੁੱਧ 'ਤੇ ਲਾਏ ਹੋਏ ਆ ਅਤੇ ਤੋਕੜ ਗੱਭਣ ਪਸ਼ੂ ਬਾਈ ਹੋਰੀ ਸੇਲ ਕਰ ਦਿੰਦੇ ਆ ਵਿੱਚੋਂ। ਅੱਜ ਦੀ ਜਿਹੜੀ ਵੀਡੀਓ, ਇਹਦੇ 'ਚ ਚਾਰ ਮੱਝਾਂ ਵਿਖਾਉਣੀਆਂ ਤੁਹਾਨੂੰ ਗੱਭਣ 'ਚ, ਇੱਕ ਪਾਸ ਝੋਟੀ ਜਿਹਦੇ ਹਰੇ ਰੰਗ ਦਾ ਧਲਿਆਰਾ ਪਾਇਆ, ਤੁਸੀਂ ਸੈਂਟਰ 'ਚ ਖੜੀ ਦੇਖ ਸਕਦੇ ਹੋ, ਵਿਕਾਊ ਆ, ਵਿਕਰੀ ਵਾਸਤੇ ਆ, ਬੱਚਾ ਇਹਦੇ ਨਾਲ ਹੈਗਾ। ਇਹ ਤੋਂ ਬਿਨਾਂ ਤਿੰਨ ਮੱਝਾਂ ਇੱਧਰਲੇ ਪਾਸੇ ਜਿਹੜੀਆਂ ਉਹ ਤਾਜ਼ੀਆਂ ਸੂਈਆਂ ਹੋਈਆਂ, ਬੱਚੇ ਇਹਨਾਂ ਦੇ ਤੁਸੀਂ ਦੇਖ ਲਓਗੇ, ਬਾਕੀ ਬਾਈ ਹੋਰੀ ਦੱਸਣਗੇ ਆਪਾਂ ਨੂੰ ਕਿਹੜੀ ਮੱਝ ਦਾ ਕਿਹੜਾ ਬੱਚਾ। ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ। ਇੱਕ ਬੇਨਤੀ ਹਰੇਕ ਵੀਡੀਓ 'ਚ ਹੀ ਹੁੰਦੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੁੰਦਾ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਹੁੰਦੀ ਹੈ ਅਤੇ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਹੁੰਦਾ। ਨੰਬਰ ਸਕਰੀਨ ਉੱਤੇ ਸਿੱਧਾ ਬਾਈ ਦਾ ਚੱਲੂਗਾ, ਯਾਨੀ ਇਹਨਾਂ ਪਸ਼ੂਆਂ ਦੇ ਮਾਲਕ ਦਾ ਨੰਬਰ ਚੱਲਦਾ ਰਹਿਣਾ, ਤੁਸੀਂ ਡੀਲ ਸਿੱਧੀ ਵੀਰ ਨਾਲ ਹੀ ਕਰੋਗੇ। ਆਓ ਆਪਾਂ ਮਿਲੀਏ ਬਾਈ ਨੂੰ, ਤੇ ਪਹਿਲਾਂ ਸੱਜਣਾ ਵਾਲੇ ਪਾਸੋਂ ਸ਼ੁਰੂ ਕਰ ਲੈਂਦੇ ਹਾਂ, ਟੋਕੜ ਗੱਭਣ ਤੁਹਾਨੂੰ ਲਾਸਟ 'ਚ ਮੱਝ ਦਿਖਾਉਣੀ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਆਪਣਾ ਦੱਸ ਦਿਓ ਬਾਈ। ਨਾਂ ਜੀ ਮੇਰਾ ਹੈਪੀ ਹੈ ਜੀ। ਹੈਪੀ ਬਾਈ, ਵਪਾਰ 'ਚ ਪਸ਼ੂ ਫਿਰ ਸੱਜਰ ਲਿਆਉਣੇ ਆ ਜਾਂ ਦੁੱਧ 'ਤੇ ਲੱਗੇ ਆ, ਟੋਕੜ ਗੱਭਣ ਹੀ ਵੇਚਦੇ ਹੋ? ਜਿਹੜੇ ਜਦੇ ਆਪਾਂ ਦੁੱਧ ਹੀ ਲਾਏ ਹੋਏ ਨੇ। ਠੀਕ ਹੈ। ਕਦੇ ਕਦੇ ਆਪਾਂ ਸੀਲ ਵਾਸਤੇ ਲੈ ਆਉਣੇ ਹੁੰਦੇ ਆ। ਠੀਕ ਹੈ, ਮਤਲਬ ਫੋਨ ਲਾ ਕੇ ਪੁੱਛਦਾ ਰਹੇ ਜੇ ਕਿਸੇ ਨੇ ਪਸ਼ੂ ਲੈਣਾ ਤਾਂ ਆ ਜਾਂਦਾ। 24 ਘੰਟੇ ਹਾਜ਼ਰ ਹੁੰਦੇ ਨੇ। ਠੀਕ ਹੈ। ਅੱਛਾ ਬਈ, ਅੱਜ ਆਪਾਂ ਚਾਰ ਨਾਗ ਦਿਖਾਉਣੇ, ਜਿਹੜੀ ਤੇਰੇ ਨਾਲ ਝੋਟੀ ਖੜੀ ਹੈ, ਕਿੰਨਵਾਂ ਸੂਆ ਸੂਈ ਹੈ? ਇਹ ਪਲੂੰ ਝੋਟੀ ਹੈ ਵੀਰੇ। ਠੀਕ ਹੈ, ਕਿੰਨੇ ਦਿਨ ਹੋ ਗਏ ਅੱਜ ਬਈ ਸੂਈ? ਇਹਨੂੰ 6 ਦਿਨ ਹੋ ਗਏ ਵੀਰੇ ਸੂਈ ਨੂੰ। ਬੱਚਾ ਇਹਦਾ? ਇਹ ਬੱਚਾ, ਹਾਂ ਕੱਟੀ ਹੈ ਇਹਦੇ ਨਾਲ, ਹਨਾ? ਹਾਂਜੀ। ਠੀਕ ਹੈ। ਅੱਛਾ ਬਈ, ਹੁਣ ਦੁੱਧ ਕਿੰਨਾ ਹੋਊਗਾ? ਇਸ ਟਾਈਮ ਵੀਰੇ 11 ਲੀਟਰ ਹਾਜ਼ਰ ਆ। ਮੂਡ ਦੋ ਰੰਗ ਚੋ ਕੇ ਤਸੱਲੀ ਕਰਕੇ ਲਿਜਾ ਸਕਦਾ। ਠੀਕ ਹੈ ਬਈ, ਕੀ ਡਿਮਾਂਡ ਰਹੂਗੀ? ਡਿਮਾਂਡ ਵੀਰੇ ਇਹਦੀ 1,20,000। 1,20,000? ਹਾਂ ਵੀਰੇ, ਮੌਕੇ ਦੇ ਮਾਣ ਤਾਂ ਕਰਾਂਗੇ, ਖੁੱਲ ਅਗਲੇ ਦਾ ਖੁੱਲ ਗਏ ਬਈ, ਇਹਨੂੰ ਤੋਰ ਕੇ ਦਿਖਾਈਏ। ਦੋਸਤੋ, ਸਿੰਘ ਬਿਲਕੁਲ ਕੁੰਡਾ ਹੈ, ਡਿਮਾਂਡ 1,20,000, 11 ਕਿਲੋ ਦੁੱਧ। ਬਾਈ ਕਹਿੰਦਾ ਵੀ 6ਵੇਂ ਦਿਨ ਝੋਟੀ ਥੱਲੇ ਹੈਗਾ। ਹਵਾਨਾ ਇਹਦਾ ਫਿਕਸ ਜਿਹਾ ਹੈ, ਸੋਹਣਾ ਹਵਾਨਾ ਹੈ। ਬੱਚਾ ਕੱਟੀ ਹੈ, ਦੱਸੋ ਕੱਟੀ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ। ਦਰਮਿਆਨੇ ਜੇ ਕੱਦ ਦੀ ਝੋਟੀ, ਥੱਲੋਂ ਸਾਫ ਸੁਥਰੀ ਹੈ। ਲਿਓ ਬਈ ਮੋਰ। ਸੋ ਪਹਿਲੇ ਨੰਬਰ ਤੇ ਝੋਟੀ ਦੱਸੋ ਜਿਹੜੀ ਵਿਕਰੀ ਵਾਸਤੇ ਹੈ। ਹਵਾਨਾ ਇਹਦਾ ਪੱਕੇ ਹਵਾਨੇ ਦੀ ਹੈ, ਜਿੰਨੀ ਪਛਾਣ ਨੂੰ ਹਵਾਨਾ ਜਿੰਨਾ ਦਿਖਾਉਂਦੀ ਹੈ, ਉਨਾ ਹੀ ਅੱਗੇ ਨੂੰ ਵੀ ਹਵਾਨਾ ਦਿਖਾਉਂਦੀ ਹੈ। ਤੋ ਬਾਕੀ ਤੁਸੀਂ ਹੁਣ ਵੀ ਸਾਈਡ ਤੋਂ ਜਾਂਦੀ ਤਾਂ ਹਵਾਨਾ ਦੇਖ ਲਿਆ ਹੁੰਦਾ। ਇਹਦੇ ਨਾਲ ਬੱਚਾ, ਮੈਂ ਇਧਰੋਂ ਤੁਹਾਨੂੰ ਇਹਦੀ ਅਗਾੜੀ ਜ਼ਰੂਰ ਅਗਲੇ ਪਾਸਿਓਂ ਹਵਾਨਾ ਦਿਖਾ ਦਿੰਦਾ। ਇਸੇ ਤਰ੍ਹਾਂ ਹੀ ਪਰਲੇ ਪਾਸਿਓਂ ਹਵਾਨਾ ਦਿਸਦਾ, ਸਿੰਘ ਛੋਟਿਆਂ ਦੇ ਵਿੱਚ ਹੈ। 1,20,000 ਡਿਮਾਂਡ ਹੈ, ਮਾਨਤਾ ਨੂੰ ਮੌਕੇ ਤੇ ਹੋਊਗਾ। ਬਈ ਮਾੜਾ ਹੱਕੇ ਇੱਧਰ ਨੂੰ ਜਾਣਗੇ ਦੂਜੇ ਪਾਸੇ। ਸੋ ਹੁਣ ਦੱਸੋ, ਹਵਾਨਾ ਦੇਖਿਓ ਜੇ ਤੁਸੀਂ ਇਹਦਾ, ਬਹੁਤ ਸੋਹਣਾ ਹਵਾਨਾ, ਇਸ ਸਾਈਡ ਤੋਂ ਵੀ ਦਿਖਾਉਂਦੀ ਹੈ। ਇਧਰੋਂ ਫੇਰ ਤੁਸੀਂ ਇਹਦੀ ਅਗਾੜੀ ਅਗਲੇ ਪਾਸਿਓਂ ਹਵਾਨਾ ਦੀ ਬਣਾਵਟ ਦੇਖ ਲਓ। ਸੋ ਇਹ ਪਹਿਲੇ ਨੰਬਰ ਤੇ ਝੋਟੀ, ਇਹ ਤੋਂ ਅੱਗੇ ਇੱਕ ਹੋਰ ਮੱਝ ਵਿਕਾਊ ਹੈ। ਬਈ ਇਹ ਕਿੰਨਵਾਂ ਸੂਆ ਸੂਈ? ਇਹ ਦੂਜੇ ਸੂਏ ਵੀਰੇ। ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ 12 ਦਿਨ ਹੋ ਗਏ। ਹੁਣ ਦੁੱਧ ਕਿੰਨਾ ਹੋਊਗਾ? 12 ਲੀਟਰ ਹਾਜ਼ਰ ਹੈ। ਇਹਦਾ ਰੇਟ ਕੀ ਰਹਿਣਾ ਬਈ? ਇਹਦਾ ਇੱਕ ਰੇਟ 1,15,000। ਤੋਰ ਦਈਏ ਇਹਨੂੰ ਬਈ। 1,15,000 ਇਹਦਾ ਰੇਟ ਹੈ। ਦੱਸੋ, 12 ਦਿਨ ਹੋ ਗਏ ਅੱਜ ਸੂਈ ਨੂੰ। ਬੱਚਾ ਬਈ ਇਹਦੇ ਨਾਲ ਕੱਟਾ ਕਿ ਕੱਟੀ? ਠੀਕ ਹੈ। ਸੋ ਇਹਦੇ ਨਾਲ ਮੇਲ ਕਾਫ, 1,15,000 ਡਿਮਾਂਡ ਹੈ। ਸਿੰਘ ਇਹ ਵੀ ਛੋਟਿਆਂ ਦੀ ਦੱਸੋ, ਸਿੰਘ ਅੰਦਰਲੇ ਪਾਸੇ ਦੀ ਡਬਲ ਮੁੜਿਆ ਵਿਆ ਹੀ ਹੈ, ਢਾਂਚਾ ਤੁਹਾਡੇ ਸਾਹਮਣੇ ਹੈ। ਹਵਾਨੇ ਦੀ ਬਣਾਵਟ ਤੁਸੀਂ ਦੇਖ ਲਓ, ਥੱਲੇ ਫਰਸ਼ ਹੈ ਤੇ ਫਰਸ਼ ਤੋਂ ਪਸ਼ੂ ਥੋੜਾ ਡਰ ਕੇ ਤੁਰਦਾ ਰਹਿੰਦਾ ਹੈ, ਸਲਿੱਪ ਹੋਣ ਤੋਂ ਪਸ਼ੂ ਡਰਦਾ ਹੈ। ਬਾਕੀ ਜੋ ਢਾਂਚਾ ਤੁਹਾਡੇ ਸਾਹਮਣੇ,
ਸੋ ਇਹਦਾ ਰੇਟ 1,15,000 ਹੈ ਬੱਚਾ ਇਹਦਾ, ਇਹ ਹੈ ਦੱਸੋ ਜਿਹੜਾ ਸਾਹਮਣੇ ਖੜਾ ਕੱਟਾ ਇਹਦੇ ਨਾਲ। ਇੱਕ ਹੋਰ ਮੱਝ ਜਿਹੜੀ ਬਾਈ ਕੋਲ ਸੂਈ ਸਵਾਈ, ਬਾਈ ਇਹ ਕਿੰਨਵਾਂ ਸੂਆ ਸੂਈ ਹੈ? ਇਹ ਤੀਜੇ ਸੂਆ ਵੀਰੇ। ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ 7 ਦਿਨ ਹੋ ਗਏ ਵੀਰੇ। ਠੀਕ ਹੈ, ਹੁਣ ਦੁੱਧ ਕਿੰਨਾ? 12 ਲੀਟਰ ਹਜ਼ਾਰ ਵੀਰੇ ਮਿਲਣੀ ਵਾਲਾ। ਕੀ ਰੇਟ ਰਹੂਗਾ ਇਹਦਾ? ਰੇਟ 95,000 ਫੁੱਲ ਵੀ। ਸੋ ਰੇਟ 95,000 ਹੈ ਦੱਸੋ, ਦੁੱਧ 12 ਲੀਟਰ ਮਿਣਤੀ ਵਾਲਾ ਇਸ ਟਾਈਮ 7ਵੇਂ ਦਿਨ ਹੈ। ਇਹਦੇ ਮਗਰ ਕੱਟੀ ਹੈ? ਠੀਕ ਹੈ, ਬੱਚਾ ਇਹਦੇ ਨਾਲ ਕੱਟੀ, ਸਿੰਘ ਇਹਦਾ ਬੈਕ ਸਾਈਡ ਨੂੰ ਜਾ ਕੇ ਮੁੜਿਆ ਹੋਇਆ, ਖੁੱਲਾ ਸਿੰਘ ਹੈ। ਢਾਂਚਾ ਤੁਹਾਡੇ ਸਾਹਮਣੇ ਹਵਾਨਾ ਚੰਗਾ ਦਿਖਾਉਂਦੀ ਹੈ, ਅਗਲੇ ਪਾਸੇ ਨੂੰ ਥੋੜਾ ਵੱਧ ਦਿਸਦਾ ਹਵਾਨਾ, ਬਾਈ ਮੋੜ ਲਿਓ ਉੱਥੇ, ਬਾਕੀ ਆ ਕੇ ਤੁਸੀਂ ਪਾਸ ਕਰ ਲਓਗੇ ਜਿਹੜਾ ਨਗ ਖਰੀਦਣਾ ਚਾਹੋ। ਇਹਦੇ ਸਿੰਘਾਂ ਦਾ ਡਿਜ਼ਾਇਨ ਤੁਸੀਂ ਕੁਲਿੰਦੀ ਨਗ ਦੀ ਮੱਝ ਤੋਂ ਦੇਖ ਲਿਆ ਹੋਊਗਾ। ਤੇ ਹੁਣ ਵੀ ਹਵਾਨਾ ਤੁਸੀਂ ਇਹਦਾ ਦੇਖੋ ਜਦੋਂ ਇਹ ਅੱਗੇ ਨੂੰ ਤੁਰਦੀ ਹੈ। ਬਾਈ ਇਹਦੀ ਮਾੜੀ ਪੂਛ ਫੜਿਓ, ਮੈਂ ਹੱਕ ਦਿਓ ਮਾੜਾ ਜਿਹਾ। ਸੋ ਇੱਦਾਂ ਦਾ ਰੁੱਖ ਦੱਸੋ ਹਵਾਨੇ ਦਾ। ਦੁੱਧ 12 ਕਿਲੋ ਇਸ ਟਾਈਮ ਲੀਟਰਾਂ ਦੇ ਵਿੱਚ ਮਿਹਨਤੀ ਵਾਲਾ ਦੁੱਧ ਤੁਹਾਨੂੰ ਦੱਸਿਆ, ਉਹ ਤੁਸੀਂ ਜੋੜ ਕੇ ਲੈ ਲਓਗੇ। ਕੱਟੀ ਇਹਦੇ ਨਾਲ, ਇੱਕ ਮੱਝ ਨਾਲ ਹੀ ਕੱਟਿਆ, ਦੂਜੀਆਂ ਦੋਨਾਂ ਨਾਲ ਕੱਟਣੀ। ਇੱਕ ਤੋਕੜ ਗੱਭਣ ਤੁਹਾਨੂੰ ਮੱਝ ਦਿਖਾਉਣੀ ਹੈ ਬਾਈ, ਜਿਹੜੀ ਇਹ ਤੋਕੜ ਗੱਭਣ ਹੈ ਕਿੰਨੇ ਚਿਰ ਦੀ ਗੱਭਣ ਹੈ ਇਸ ਟਾਈਮ? ਇਹ 6 ਮਹੀਨਿਆਂ ਦੀ ਹੈ। 6 ਮਹੀਨਿਆਂ ਦੀ ਗੱਭਣ, ਚੈੱਕ ਪਾਸ ਹੋ ਗਈ? ਚੈੱਕ ਪਾਸ ਹੈ ਵੀਰੇ ਆਪਣੀ। ਠੀਕ ਹੈ, ਦੁੱਧ ਹੁਣ ਕਿੰਨਾ ਦੇ ਰਹੀ ਹੈ? ਦੁੱਧ ਵੀਰੇ 6 ਕਿਲੋ। 6 ਕਿਲੋ ਦੋਨੇ ਟਾਈਮ ਮਿਲਦੀ ਹੈ? ਇੱਕ ਟਾਈਮ ਆ ਵੀਰੇ ਪਾਜੀ, ਇੱਕ ਟਾਈਮ ਮਿਲਦੀ ਹੈ। ਠੀਕ ਹੈ, ਸ਼ਾਮ ਨੂੰ ਮਿਲਦੀ ਹੈ? ਸ਼ਾਮ ਨੂੰ ਚੁਣਨੇ ਵੀਰੇ ਨੂੰ। ਬੱਚਾ ਇਹਦੇ ਨਾਲ? ਬੱਚਾ ਦੇ ਮਾਰ ਕੱਟਾ ਵੀਰੇ। ਠੀਕ ਹੈ, ਇਹਦਾ ਰੇਟ ਕੀ ਰੱਖਦੇ ਹੋ ਬਈ? ਇਹਦਾ ਰੇਟ ਵੀਰੇ 95,000। 95,000 ਇਹਦਾ ਰੇਟ, 6 ਦੰਦਾ ਝੋਟੀ, ਦੂਜਾ ਸੂਆ। ਠੀਕ ਹੈ, ਸੋ ਦੱਸੋ ਦੂਜਾ ਸੂਆ ਸੂਈ ਹੈ, ਤੀਜੇ ਵਾਸਤੇ 6 ਮਹੀਨਿਆਂ ਦੀ ਗੱਭਣ, ਦੁੱਧ 6 ਕਿਲੋ ਇੱਕ ਟਾਈਮ ਮਿਲਦੀ ਹੈ, ਬੱਚਾ ਨਾਲ ਕੱਟਾ, ਰੇਟ ਇਹਦਾ ਵੀ 95,000 ਹੀ ਹੈ। ਤਾਜ਼ੀ ਥੱਲੇ ਵੀਰੇ ਹੈਗਾ ਸੀ 16 ਲੀਟਰ ਤੋਂ। ਠੀਕ ਹੈ, ਸੋ ਤਾਜ਼ੀ ਨੇ, ਅੱਛਾ ਦੂਜੇ ਸੂਏ ਵਾਸਤੇ ਗੱਭਣ ਹੈ ਕੀ? ਹਾਂ ਦੂਜੇ ਸੂਈ ਦੇ, ਤੀਜੇ ਸੂਗੀ, ਤੀਜੇ ਵਾਸਤੇ ਗੱਭਣ ਹੈ। ਹਾਂ ਤੀਜੇ ਵਾਸਤੇ ਗੱਭਣ। ਸੋ ਤਾਜ਼ੀ ਦਾ ਦੁੱਧ 16 ਲੀਟਰ ਸੀਗਾ ਇਹਦਾ, ਹੁਣ 6 ਮਹੀਨੇ ਦੀ ਗੱਭਣ 6 ਲੀਟਰ ਦੁੱਧ ਹੈ, ਇੱਕ ਟਾਈਮ ਮਿਲਦੀ ਹੈ, ਮਿਲਦੀ ਸ਼ਾਮ ਦੇ ਟਾਈਮ ਆ ਹਵਾਨਾ। ਤੁਸੀਂ ਹੁਣ ਇਹਦਾ 6 ਕਿਲੋ ਜਾਂ 6 ਲੀਟਰ ਭਰੇ ਦੇ ਹਿਸਾਬ ਤੇ ਦੇਖ ਰਹੇ ਹੋ। ਉੱਤੋਂ ਸਿੰਗਲ ਹੱਡੀ ਦੱਸੋ, ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ। ਨਗ ਇਹ ਬਾਈ ਨੇ ਜਿਹੜੇ ਅੱਜ ਦੀ ਵੀਡੀਓ ਚ ਦਿਖਾਉਣੇ ਸੀਗੇ ਉਹ 3 ਸੀ, ਬਾਕੀ ਜਿਹੜੇ ਹੋਰ ਪਸ਼ੂ ਖੜੇ ਆ ਬਾਈ ਇਹਨਾਂ ਚ ਵੀ ਕੋਈ ਵੇਚ ਦਿੰਦੇ ਹੋ? ਜਾਂ ਇਹ ਵੀ ਵੇਚ ਦਾਂਗੇ। ਠੀਕ ਹੈ, ਇਹ ਕਿੰਨਾ ਚਿਰ ਹੋ ਗਿਆ ਇਹਨੂੰ? 4 ਮਹੀਨੇ ਦੀ ਗੱਭਣਾ ਵੀਰੇ, ਅੱਜ 5ਵਾਂ ਲੱਗ ਗਿਆ ਇਹਨੂੰ। ਹੁਣ ਦੁੱਧ ਕਿੰਨਾ? ਇਹ ਹਲੇ 7 ਕਿਲੋ। ਇਹਦਾ ਰੇਟ ਕੀ ਰੱਖਦੇ? ਇਹਦਾ ਰੇਟ 85,000। 85,000 ਠੀਕ ਹੈ, ਸੋ ਦੱਸੋ ਇਹਦਾ ਰੇਟ। ਬੱਚਾ ਹੈ ਨਹੀਂ ਇਹ, ਦੋਨਾਂ ਟਾਈਮ ਮਿਲਦੀ। ਤੋੜ ਦਈਏ ਇਹਨੂੰ ਫਿਰ ਮੜਾ, ਸੰਗਲ ਨਾਲ ਹੀ ਤੋੜ ਦੋ ਭਾਵੇਂ, ਕੋਈ ਚੱਕਰ ਨਹੀਂ। ਉਹ 80 ਨਹੀਂ ਉਹ। ਸੋ ਇਹ ਵੀ ਦੱਸੋ ਗੱਭਣ ਚੈੱਕ ਪਾਸ ਹੈ, ਦੁੱਧ 7 ਲੀਟਰ, ਇਹ ਦੋਨੇ ਟਾਈਮ ਮਿਲਦੀ ਕਿ? ਦੋਨੇ ਟਾਈਮ ਵੀਰੇ, ਚਾਰਟ ਤੇ। ਅੱਛਾ, ਚਾਰਟ ਤੇ ਦੋਨੇ ਟਾਈਮ ਮਿਲਦੀ ਹੈ? ਹਾਂ 7 ਕਿਲੋ ਦੁੱਧ ਹੈ। ਠੀਕ ਹੈ, 85,000 ਇਹਦੀ ਡਿਮਾਂਡ ਹੈ। ਇਹ ਵੀ ਗੱਭਣ ਚੈੱਕ ਪਾਸ ਹੈ, ਬਾਕੀ ਜਿਹਨੇ ਲਿਜਾਣੀ ਉਹ ਚੈੱਕ ਪਾਸ ਕਰਾ ਸਕਦਾ ਹੈ, ਆਪਸ਼ਨਲ ਹੈ, ਉਹ ਤੁਹਾਡੀ ਆਪਦੀ ਇੱਛਾ ਹੈ। ਸਹੀ 4 ਮਹੀਨੇ ਦੀ ਹੋ ਗਈ ਅੱਜ। ਠੀਕ ਹੈ, 4 ਮਹੀਨੇ ਦੀ ਗੱਭਣ ਦੱਸੋ ਚੈੱਕ ਪਾਸ ਹੋ ਗਈ ਹੈ, ਲੰਬਾਈ ਮੱਝ ਦੀ ਕਾਫੀ ਚੰਗੀ ਹੈ, ਬਾਕੀ ਹਾਈਟ ਤੁਰਦੀ ਤੋਂ ਤੁਹਾਨੂੰ ਜੱਜਮੈਂਟ ਹੋ ਹੀ ਜਾਣੀ ਹੈ। ਸੋ ਇਹ ਇੱਕ ਹੋਰ ਮੱਝ ਤੁਹਾਨੂੰ ਅੱਜ ਦਿਖਾਤੀ ਹੈ। ਹੁਣ ਟੋਟਲ ਨਾਗ ਜਿਹੜੇ 5 ਹੋ ਗਏ ਵੀਡੀਓ ਦੇ ਵਿੱਚ, ਇਹ ਤੋਂ ਬਿਨਾਂ ਹੋਰ ਵੀ ਪਸ਼ੂ ਖੜੇ ਆ, ਥੋੜੀ ਬਹੁਤੀ ਜਾਣਕਾਰੀ ਲੈ ਲੈਣੇ। ਇਹ ਗਾਂ ਬਾਈ? ਇਹ ਗਾਂ ਵੀਰੇ 6 ਮਹੀਨੇ ਦੀ ਗੱਭਣਾ ਇਹਦੀ। ਇਹ ਵੇਚ ਦਿਆਂਗੇ? ਇਹ ਵੀ ਵੇਚ ਦਿਆਂਗੇ, 7 ਕਿਲੋ ਦੁੱਧ ਹੈ ਹਲੇ। 7 ਕਿਲੋ ਦੁੱਧ ਕਿੰਨੇ ਦੀ ਦੇ ਦਿਆਂਗੇ? ਇਹ ਵੀਰੇ ਦੇ ਦਿਆਂਗੇ 40,000 ਦੀ। 40,000 ਦੀ, ਠੀਕ ਹੈ। ਸੋ ਦੱਸੋ 6 ਮਹੀਨਿਆਂ ਦੀ ਗੱਭਣ, ਦੁੱਧ 7 ਕਿਲੋ,
40,000 ਦੀ ਗਾਂ ਮਿਲ ਜੂ, ਲਾਲ ਰੰਗ ਦੀ ਹੈ, ਬਾਕੀ ਤੁਹਾਡੇ ਸਾਹਮਣੇ ਹੈ ਜੋ ਇਹਦਾ ਢਾਂਚਾ ਹੈ। ਇਹ ਦੂਜੇ ਸੂਏ ਸੂਗੀ, ਠੀਕ ਹੈ। ਜਿਹੜੀ ਅੱਜ ਅੱਗੇ ਬਈ ਮੱਝਾਂ ਖੜੀਆਂ ਇਧਰਲੇ ਪਾਸੇ, ਉਹ ਫਿਰ 3 ਮਹੀਨੇ ਦੀ ਸੂਈ ਵੀ ਆ ਇਹ ਮੱਝ, ਠੀਕ ਹੈ। ਦੁੱਧ ਹੁਣ ਕਿੰਨਾ ਹੋਊਗਾ? ਇਹ ਥੱਲੇ 11 ਲੀਟਰ ਵੀ, ਠੀਕ ਹੈ। ਦੇ ਦਿਆਂਗੇ ਵੀ ਦੇ ਦਿਆਂਗੇ ਫਿਰ। ਕੀ ਭਾਅ ਰੱਖਦੇ ਆ ਇਹਦਾ? ਇਹਦਾ 77,000 ਰੁਪਏ। 77,000, ਠੀਕ ਹੈ। ਸੋ ਇਹ ਦੱਸੋ ਹੋਰ ਨਾਗ ਹੋ ਗਏ, ਨਾਲ ਇੱਕ ਇਹ ਝੋਟੀ ਹੈ ਬਈ? ਹਾਂ ਇਹ ਕੱਟੀ ਹੈ ਵੀਰੇ, 1.5 ਸਾਲ ਦੀ ਹੈ। ਇਹ ਵੀ ਵੇਚ ਦਿਆਂਗੇ ਜੇ ਬੇਗੀ ਤਾਂ ਵੇਚ ਦਿਆਂਗੇ ਵੀਰੇ। ਕਿੰਨੇ ਦੀ ਦੇ ਦਿਆਂਗੇ ਬਈ ਇਹ? ਇਹਦਾ ਰੇਟ 60,000 ਹੈ। 60,000, ਇਹ M51 ਦੀ ਆ। M51 ਦੀ ਉਮਰ ਕਿੰਨੀ ਹੋ ਗਈ? 1.5 ਸਾਲ ਦੀ, ਸਹੀ, 18 ਮਹੀਨੇ ਦੀ। ਓਕੇ, ਠੀਕ ਹੈ। ਹੋਰ ਦੱਸੋ ਘਰ 'ਚ ਜਿੰਨੇ ਪਸ਼ੂ ਹੈ ਸਾਰਿਆਂ 'ਚੋਂ ਜਿਹੜਾ ਨਾਗ ਤੁਹਾਨੂੰ ਜਚੇ ਗੱਲਬਾਤ ਕਰ ਲਿਓ ਜੇ, ਰੇਟ ਦੱਸਦੇ ਆ, ਬਾਕੀ ਆ ਜਾਓ ਜੇ ਗੱਲਬਾਤ ਕਰੋ ਜੇ। ਸੌਦੇ ਜਿਹੜੇ ਹੋ ਜਾਂਦੇ ਹੁੰਦੇ ਕਿਉਂਕਿ ਰੇਟ ਮੌਕੇ ਤੇ ਕੁਛ ਘੱਟ ਜਾਣਾ ਹੁੰਦਾ। ਸੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ। ਆਉਣ ਵਾਲੇ ਟਾਈਮ 'ਚ ਜੇ ਇਸ ਵੀਡੀਓ ਨੂੰ ਰਿਸਪੌਂਸ ਮਿਲਿਆ ਤਾਂ ਫਿਰ ਪਸ਼ੂ ਦਿਖਾਇਆ ਕਰਾਂਗੇ, ਕਿਉਂਕਿ ਬਾਈ ਕਹਿੰਦਾ ਸੀ ਵੀ ਜੇ ਵੀਡੀਓ ਤੇ ਚੰਗੇ ਵਿਕੇ ਤਾਂ ਫਿਰ ਵੇਚਦੇ ਰਵਾਂਗੇ, ਆਉਣ ਵਾਲੇ ਟਾਈਮ 'ਚ ਪਸ਼ੂ ਹੋਰ ਵੀ ਲਿਆਇਆ ਕਰਾਂਗੇ। ਫਿਲਹਾਲ ਇਹ ਨਾਗਰ ਜਿਹੜੇ ਉਹ ਵਿਕਾਊ ਸੀ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।